ਫਿਲੌਰ ਦੇ ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਦੇ ਸਰਪੰਚ ਸਰਬਜੀਤ ਸਾਬੀ ਵੱਲੋਂ ਜੀਡੀ ਰੋਡ ਦੇ ਨਾਲ ਲੱਗਦੀ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਐਸਡੀਐਮ ਫਿਲੌਰ ਨੂੰ ਦਿੱਤੀ ਗਈ ਦਰਖਾਸਤ ਤੋਂ ਬਾਅਦ ਪਟਵਾਰੀ ਤੇ ਕਾਨਗੋ ਉਕਤ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਲਈ ਪਹੁੰਚੇ ਜਿਸ ਦੌਰਾਨ ਮੌਕੇ ਦੇ ਕਬਜ਼ਾਧਾਰੀ ਧਿਰ ਵੀ ਪਹੁੰਚ ਗਈ ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੁੰਦੀ ਦੇਖ ਨਿਸ਼ਾਨਦੇਹੀ ਕਿਸੇ ਤਕਨੀਕੀ ਕਾਰਨ ਰੱਦ ਕਰ ਦਿੱਤੀ ਗਈ ਇਸ ਮੌਕੇ ਸਰਬਜੀਤ ਸਾਬੀ ਨੇ ਦੱਸਿਆ ਕਿ ਪਿੰਡ ਰਾਮਗੜ੍ਹ ਦਾ ਪਾਣੀ ਜੀਡੀ ਰੋਡ ਤੇ ਖੜ ਜਾਂਦਾ ਹੈ ਜਿਸ ਨਾਲ ਕਿ ਸੜਕ ਟੁੱਟ ਰਹੀ ਹੈ ਤੇ ਪਿੰਡ ਦੀ ਪੰਚਾਇਤੀ ਜ਼ਮੀਨ ਜੋ ਕਿ ਜੀਟੀ ਰੋਡ ਤੇ ਹੈ ਉਸ ਦੀ ਨਿਸ਼ਾਨਦੇਹੀ ਕਰਵਾਈ ਜਾਣੀ ਸੀ ਤਾਂ ਜੋ ਪਿੰਡ ਦਾ ਪਾਣੀ ਉਸ ਜਗ੍ਹਾ ਤੇ ਪਾਇਆ ਜਾ ਸਕੇ ਉਹਨਾਂ ਫਿਲੌਰ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤਾਂ ਜੋ ਪਿੰਡ ਦਾ ਪਾਣੀ ਪੰਚਾਇਤੀ ਜ਼ਮੀਨ ਵਿੱਚ ਪਾਇਆ ਜਾ ਸਕੇ ਹਾਂਜੀ ਮੈਂ ਸਰਬਜੀਤ ਸਰਪੰਚ ਪਿੰਡ ਰਾਮਗੜ੍ਹ ਤੀਨ ਫਿਲੌਰ ਜ਼ਿਲ੍ਹਾ ਜਲੰਧਰ ਮਸਲਾ ਜਨਾਬ ਇਹ ਆ ਕਿ ਸਾਡੇ ਪਿੰਡ ਦਾ ਜੋ ਪਾਣੀ ਆ ਗੰਦਾ ਪਾਣੀ ਲਾ ਲਓ ਉਹ ਛੱਪੜਾਂ ਦੇ ਕਬਜ਼ੇ ਹੋਣ ਕਰਕੇ ਉਹ ਮੇਨ ਹਾਈਵੇ ਦੇ ਉੱਪਰ ਚੱਲਦਾ ਪਿਆ ਇਸ ਕਰਕੇ ਕੁਛ ਜ਼ਮੀਨ ਸੀਗੀ ਪੰਚਾਇਤੀ ਅਸੀਂ ਜਿਹਨਾਂ ਨੇ ਪੰਚਾਇਤੀ ਥੋੜੀ ਜ਼ਮੀਨ ਦੱਬੀ ਹੋਈ ਆ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਛੱਡ ਦਿਓ ਤੇ ਅਸੀਂ ਕੋਈ ਪਾਣੀ ਦਾ ਪ੍ਰਬੰਧ ਕਰ ਲਈਏ ਉਹ ਹੁਣ ਜੀਟੀ ਰੋਡ ਤੇ ਚੱਲਦਾ ਪਿਆ ਉਸ ਸੰਬੰਧੀ ਅਸੀਂ ਨਿਸ਼ਾਨਦੇਹੀ ਦੀ ਐਪਲੀਕੇਸ਼ਨ ਦਿੱਤੀ ਸੀਗੀ ਕਾਨਗੋ ਸਾਹਿਬ ਪਟਵਾਰੀ ਸਾਹਿਬ ਪੰਚਾਇਤ ਸੈਕਟਰੀ ਆਏ ਹੋਏ ਸੀਗੇ ਸਾਰੀ ਪੰਚਾਇਤ ਵੀ ਹਾਜ਼ਰ ਸੀਗੀ ਤੇ ਉਹਨਾਂ ਦੇ ਵਿੱਚ ਇੱਕ ਨੰਬਰ ਦਾ ਮਿਲਾਨ ਨਹੀਂ ਹੋ ਸਕਿਆ ਤੇ ਦੂਸਰੇ ਪਾਸੇ ਦੂਸਰੇ ਨੰਬਰ ਤੇ ਲੜਾਈ ਝਗੜਾ ਹੋਣ ਦਾ ਡਰ ਸੀ ਇਸ ਕਰਕੇ ਕਾਨੂੰਗੋ ਸਾਹਿਬ ਕਹਿੰਦੇ ਵੀ ਲੜਾਈ ਝਗੜਾ ਹੋਣ ਦਾ ਡਰ ਹੈ ਤੇ ਪੁਲਿਸ ਨੂੰ ਪੁਲਿਸ ਹੈਲਪ ਲੈਣ ਵਾਸਤੇ ਉਹ ਲਿਖ ਦੇਣਗੇ ਤੇ ਅਗਲੀ ਤਰੀਕ ਕਿਹੜੀ ਤੈਅ ਕਰਦੇ ਆ ਉਹ ਦੇਖਦੇ ਆ ਨਹੀਂ ਨਿਸ਼ਾਨਦੇਹੀ ਨਹੀਂ ਹੋਈ ਤੇ ਦੂਸਰੇ ਪਾਸੇ ਮੈਂ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਾ ਜੋ ਵੀ ਉਹ ਪਾਣੀ ਆਪਣੇ ਘਰਾਂ ਚ ਜੋ ਪਾਣੀ ਵਰਤੋਂ ਕਰਦੇ ਉਹ ਘੱਟ ਤੋਂ ਘੱਟ ਕਰਨ ਜਿੰਨਾ ਵੀ ਹੋ ਸਕੇ ਕਿਉਂਕਿ ਵੀ ਉਹ ਪਾਣੀ ਦੀ ਨਜਾਇਜ਼ ਵਰਤੋਂ ਹੋਵੇ ਰੋਡ ਤੇ ਘੱਟ ਚੱਲੇ ਜਦ ਤੱਕ ਇੱਕ ਦੋ ਦਿਨਾਂ ਚ ਨਿਸ਼ਾਨਦੇਹੀ ਹੋ ਜਾਣੀ ਆ ਤੇ ਅਸੀਂ ਪਾਣੀ ਦਾ ਪ੍ਰਬੰਧ ਕਰ ਲੈਣਾ ਵੀ ਉਹ ਕਿਤੇ ਵੀ ਛੁੱਪੜ ਪਟ ਕੇ ਜਾਂ ਹੋਰ ਆ ਉਹ ਪਾਇਆ ਜਾ ਸਕੇ ਉਧਰ ਕਾਨਗੋ ਰਾਜਕੁਮਾਰ ਨੇ ਆਖਿਆ ਕਿ ਤਕਨੀਕੀ ਕਾਰਨਾਂ ਕਰਕੇ ਨਿਸ਼ਾਨਦੇਹੀ ਨਹੀਂ ਹੋ ਸਕੀ ਤੇ ਜਲਦ ਹੀ ਅਗਲੀਆਂ ਤਾਰੀਖਾਂ ਵਿੱਚ ਨਿਸ਼ਾਨਦੇਹੀ ਕਰਵਾਈ ਜਾਵੇਗੀ ਕਾਨਗੋ ਸਾਹਿਬ ਤੁਸੀਂ ਅੱਜ ਪਿੰਡ ਰਾਮਗੜ੍ਹ ਦੇ ਜਿਹੜੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਗਏ ਸੀਗੇ ਜਿਹੜਾ ਕਾਫੀ ਦਿਨ ਤੋਂ ਮਸਲਾ ਭਖਿਆ ਹੈਗਾ ਉੱਥੇ ਪਾਣੀ ਗੰਦਾ ਪਾਣੀ ਲੋਕਾਂ ਦੇ ਇੱਧਰ ਉੱਧਰ ਪੈਂਦਾ ਹੈਗਾ ਉਸ ਕਰਕੇ ਪੰਚਾਇਤ ਨੇ ਜਿਹੜੀ ਆ ਕਰਨੀ ਸੀ ਨਿਸ਼ਾਨਦੇਹੀ ਕਰਵਾਉਣ ਲਈ ਅਪੀਲ ਦਿੱਤੀ ਤੁਸੀਂ ਗਏ ਸੀ ਮੌਕੇ 'ਤੇ ਪਟਵਾਰੀ ਸਾਹਿਬ ਅਤੇ ਤੁਸੀਂ ਸਰ ਅੱਜ ਜਿਹੜੀ ਆ ਨਿਸ਼ਾਨਦੇਹੀ ਆ ਨਹੀਂ ਹੋਈ ਕਿਸ ਵਜ੍ਹਾ ਕਰਕੇ ਨਹੀਂ ਹੋਈ ਸਰ ਉਹ ਸਰ ਦਰਖਾਸਤ ਨਿਸ਼ਾਨਦੇਹੀ ਵੱਲੋਂ ਬਲਾਕ ਡਿਵੈਲਪਮੈਂਟ ਪੰਚਾਇਤ ਅਫਸਰ ਪੰਚਾਇਤ ਸੰਸੀ ਫਿਲੌਰ ਵੱਲੋਂ ਪ੍ਰਾਪਤ ਹੋਈ ਜੀ ਜਿਸ ਦੀ ਮਿਥੀ ਦੇ ਤਰੀਕ ਮੁਤਾਬਕ ਅੱਜ ਮੌਕੇ 'ਤੇ ਪਹੁੰਚੇ ਜੀ ਸਮੇਤ ਡੀ ਜੀ ਪੀ ਐਸ ਮਸ਼ੀਨ ਪਟਵਾਰੀ ਹਲਕਾ ਸਮਾਨ ਕਮਾਇਸ਼ ਪਹੁੰਚੇ ਜੀ ਮੌਕੇ 'ਤੇ ਸਰ ਸੰਬੰਧਿਤ ਧਿਰਾਂ ਦਾ ਲੜਾਈ ਝਗੜਾ ਔਰ ਦੰਗਾ ਫਸਾਦ ਹੋਣ ਦਾ ਖਤਰਾ ਇਸ ਸੰਬੰਧੀ ਜੀ ਇਮਦਾਦ ਪੁਲਿਸ ਮੰਗੀ ਗਈ ਆ ਜੀ ਤਾਂ ਜੋ ਸ਼ਾਂਤੀ ਪੂਰਵਕ ਨਿਰਵਿਘਨ ਨਿਸ਼ਾਨਦੇਹੀ ਦੀ ਕਾਰਵਾਈ ਕੀਤੀ ਜਾ ਸਕੇ ਠੀਕ ਠੀਕ ਆ ਸਰ ਜਿੱਦਾਂ ਦੋ ਜਗ੍ਹਾ 'ਤੇ ਇਹਨਾਂ ਦੀ ਉਹ ਮੈਂ ਕਿਹਾ ਜ਼ਮੀਨ ਦੀ ਨਿਸ਼ਾਨਦੇਹੀ ਹੋਣੀ ਸੀ ਦੋ ਉਹ ਦੋਨਾਂ ਪਾਸਿਆਂ ਵਾਲੇ ਕਹਿੰਦੇ ਆ ਵੀ ਲੜਾਈ ਝਗੜਾ ਕਰਦੇ ਹੋ ਫਿਲਹਾਲ ਅਸੀਂ ਇੱਕ ਪਾਸੇ ਤੋਂ ਸ਼ੁਰੂ ਕੀਤੀ ਸੀ ਦੂਸਰੇ ਪਾਸੇ ਹਜੇ ਜਾਣਾ ਸੀ ਉਹਦੇ ਸੰਬੰਧ ਵਿੱਚ ਹਲੇ ਜਾ ਕੇ ਪਤਾ ਲੱਗੂਗਾ ਉਹਦੀ ਸਥਿਤੀ ਬਾਰੇ ਓਕੇ ਪਹਿਲਾਂ ਜਦੋਂ ਇੱਧਰੋਂ ਸ਼ੁਰੂ ਕੀਤਾ ਉਹਦੇ ਸੰਬੰਧ ਵਿੱਚ ਦੇਖਣ 'ਤੇ ਪਾਇਆ ਗਿਆ ਕਿ ਸੰਬੰਧਿਤ ਧਿਰਾਂ ਦਾ ਝਗੜਾ ਹੋਣ ਦਾ ਖਤਰਾ ਹਾਂ ਠੀਕ ਆ ਇਮਦਾਦ ਪੁਲਿਸ ਲਈ ਲਿਖਿਆ ਗਿਆ ਹੋਰ ਇਸ ਤੋਂ ਠੀਕ ਆ ਜਿਉਂ ਹੀ ਪੁਲਿਸ ਸਹਾਇਤਾ ਮਿਲਦੀ ਆ ਨਿਸ਼ਾਨਦੇਹੀ ਦੀ ਕਾਰਵਾਈ ਕਰਦੇ ਠੀਕ ਆ ਠੀਕ ਆ ਜਿੱਦਾਂ ਤੁਸੀਂ ਮੌਕੇ 'ਤੇ ਕਾਨਗੋ ਸਾਹਿਬ ਹੈਗੇ ਹੋ ਅਤੇ ਉਸ ਪਿੰਡ ਦੀ ਕੋਈ ਹੋਰ ਵੀ ਜ਼ਮੀਨ ਨਿਕਲਦੀ ਹੈ ਕੋਈ ਜਿੱਦਾਂ ਚਾਰਗਾਹ ਹੁੰਦੀ ਆ ਪਸ਼ੂਆਂ ਦੇ ਚਰਨ ਲਈ ਜਗ੍ਹਾ ਹੁੰਦੀ ਆ ਕੋਈ ਇੱਦਾਂ ਦਾ ਹੋਰ ਸਰ ਇਸ ਸੰਬੰਧੀ ਪਟਵਾਰੀ ਹਲਕੇ ਦਾ ਰਿਕਾਰਡ ਮੁਨਾਜ਼ਾ ਕੀਤਾ ਜਾ ਸਕਦਾ ਮੇਰੇ ਕੋਲ ਇਹਦਾ ਕੋਈ ਰਿਕਾਰਡ ਨਹੀਂ ਹੁੰਦਾ ਇਹਦੇ ਬਾਰੇ ਪਟਵਾਰੀ ਓਕੇ